ਹਜੇ ਵੀ ਵਾਟ ਅ ਫੁੱਦੂ ਜੋਕ ਰੀਲਸ ਦੇ ਦੌਰ ਨੂੰ ਦੇਖਣ ਤੋਂ ਬਾਅਦ ਮੈਂ ਸੋਚਿਆ ਮੈਂ ਕੈਨੇਡਾ ਦਾ ਟ੍ਰਿਪ ਕੱਢ ਕੇ ਆਵਾਂ, ਕਿਉਂਕਿ ਮੈਂ ਰੀਲਾਂ ਰੂਲਾਂ ਤੋਂ ਰੋਕਿਆ ਪਿਆ ਸੀ। ਬਹੁਤ ਦਿਮਾਗ ਖਰਾਬ ਕੀਤਾ ਸੀ ਇਹਨਾਂ ਨੇ। ਫਿਰ ਮੈਂ ਕੈਨੇਡਾ ਨਹੀਂ ਗਿਆ, ਆਏ ਨਹੀਂ ਗਿਆ, ਇੱਥੇ ਬੈੱਡ 'ਤੇ ਲੇਟੇ ਲੇਟੇ ਮੈਂ ਮੈਪ ਥਰੂ ਕੈਨੇਡਾ ਪਹੁੰਚ ਗਿਆ। ਉੱਥੇ ਜਾ ਕੇ ਮੈਨੂੰ ਇੱਕ ਆਂਟੀ ਜੀ ਮਿਲੇ। ਓ ਆਂਟੀ ਨਾ ਕਿਹਾ ਕਰੋ ਇਹਨਾਂ ਨੂੰ, ਟਿਕਟੋਕਰਾਂ ਨੂੰ, ਟਿਕਟੋਕ ਕੁਈਨ ਕਿਹਾ ਕਰੋ। ਆਂਟੀ ਕਾਹਤੋਂ ਗੁੱਸਾ ਕਰ ਜਾਂਦੀਆਂ। ਇਹ ਆਂਟੀ ਜੀ ਉਹ ਪਹਿਲਾਂ ਗੱਲ ਜੀ ਸੁਣੀ ਸੀ ਇੱਕ ਕਿ ਦਿਲ ਜਵਾਨ ਹੋਣਾ ਚਾਹੀਦਾ, ਉਮਰਾਂ 'ਚ ਕੀ ਰੱਖਿਆ। ਮੈਂ ਕਹਿੰਦਾ ਦਿਲ ਬੁੱਢਾ ਹੋ ਜੇ, ਦਿਲ ਭਾਵੇਂ ਟੱਪੇ ਖਾਣ ਲੱਗ ਜੇ, ਪਰ ਆਹ ਟਿਕਟੋਕ ਵਾਲੇ ਕੰਮ ਨਾ ਕਰੇ ਕਦੇ ਬੰਦਾ, ਕਿਉਂਕਿ ਨਾ ਇਹ ਆਪਾਂ ਜਵਾਨੀ ਨੂੰ ਵੀ ਪਿੱਛੇ ਛੱਡ ਜਾਂਦੇ ਹਾਂ। ਵਾਟ ਐਕਟਿੰਗ ਲੈਵਲ ਆਂਟੀ, ਸੋਰੀ ਆਂਟੀ ਨਹੀਂ ਕਹਿਣਾ, ਪਾਰੋ ਆਏ ਪਾਰੋ, ਟਿਕਟੋਕ ਦੀ ਪਾਰੋ ਆਏ ਪਾਰੋ। ਅਤੇ ਜੇ ਇਹਨਾਂ ਦੇ ਚਿੱਟੇ ਵਾਲ ਵੀ ਆ ਜਾਣਾ, ਇਹਨਾਂ ਨੇ ਫਿਰ ਵੀ ਨਹੀਂ ਕਹਿਣਾ ਅਸੀਂ ਬੁੱਢੇ ਹੋ ਗਏ। ਨਾ ਨਾ, ਇਹ ਕਹਿਣਗੀਆਂ ਬੇਟਾ ਟ੍ਰੈਂਡ ਆ, ਅਸੀਂ ਟ੍ਰੈਂਡ ਸੈੱਟ ਕੀਤਾ ਆ। ਆਹ ਕਰਨਾ ਜ਼ਰੂਰੀ ਸਕ੍ਰਿਪਟ 'ਚ ਮੇਰੇ ਪਿੱਛੇ ਪਿੱਛੇ ਫਿਰਦੇ ਨੇ, ਉਹ ਧਿਆਨ ਰੱਖਦੇ ਕਿ ਸਾਡੇ ਸਾਬ ਨਾਲ ਨਾ ਲਵੇ। ਇਹਨੂੰ ਨਹਾਉਣਾ ਕਹਿੰਦੇ ਆ, ਇੰਨਾ ਹਫਣ ਦੀ ਕੀ ਲੋੜ ਆਂਟੀ ਜੀ, ਇੰਨਾ ਕਿੰਨਾ ਕਿਸਾਨ ਚੜਿਆ ਹੋ ਜਿਵੇਂ ਨਿੱਕੇ ਜਵਾਕ ਦੇ ਸੁਰ ਤੇ ਪਾਣੀ ਪਾਉਣੇ ਹਫਦਾ ਨਹੀਂ ਹੁੰਦਾ, ਆਂਟੀ ਤਾਂ ਉਵੇਂ ਕਰੀ ਜਾਂਦੀ ਆ। ਇੰਨੀ ਕੀ ਲੋੜ ਪੈ ਗਈ ਸੀ ਨਹਾਉਣ ਦੀ, ਇੱਕ ਰੀਲ ਪਿੱਛੇ ਇੰਨੀ ਮਿਹਨਤ। ਜੇ ਮੇਰੇ ਅਰਗੇ ਨੂੰ ਵੀਡੀਓ 'ਚ ਹੋਵੇ ਨਾ ਸੀਨ ਮੇਰੇ ਅਰਗੇ ਦਾ, ਆਵੇ ਮੈਂ ਕਹਾਂ ਮੈਂ ਪਾਣੀ ਡੋਲਣਾ ਆਪਦੇ ਉੱਤੇ ਜਾਂ ਪਾਣੀ ਨਾਲ ਗਿੱਲਾ ਹੋਣਾ, ਮੈਂ ਤਾਂ ਰੋਲ ਹੀ ਚੇਂਜ ਕਰਦਾ। ਸ਼ਿੰਕੇ ਨੂੰ ਦੇ ਦਾਂਗੀ, ਇਹਨੂੰ ਲਵੇਟ ਦਿਓ ਯਾਰ, ਇਹਨੂੰ ਸਿੱਟ ਦਿਓ ਗਾਰੇ 'ਚ। ਹੋਰ ਅਸੀਂ ਰੱਖੇ ਹੀ ਹੁਣ ਇਸ ਕੰਮ ਵਾਸਤੇ। ਸ਼ਿੰਕੇ ਦਾ ਬਾਪੂ ਵੀਡੀਓ ਵੇਖਦਾ, ਸਾਲਾ ਛਿੱਤਰ ਪਵਾਏਗਾ ਤੂੰ। ਯਾਰ ਮੈਨੂੰ ਕਿਸੇ ਪਾਸੋਂ ਆਂਟੀ ਨਹੀਂ ਲੱਗਦੀ, ਐਕਟਿੰਗ ਲੈਵਲ ਕੁਛ ਨਜਾਇਜ਼ ਹੀ ਜ਼ਿਆਦਾ ਤਕੜਾ ਚੱਕੀ ਫਿਰਦੀ ਹੈ। ਉਹ ਭਰਾਵਾ ਕੁਛ ਜਾਵੇ ਚਮਨ ਪ੍ਰੈਸ ਨਹੀਂ ਖਾਧਾ ਹੋਇਆ ਕਿਤੇ। ਅੰਗ ਅੰਗ ਛੂਹਣਾ ਠੀਕ ਆ, ਪਰ ਪੈਰ ਤੋਂ ਹੀ ਸ਼ੁਰੂ ਕਰਨਾ ਜ਼ਰੂਰੀ ਹੈ। ਓ ਵੈਕਸਿੰਗ ਲੈਗਸ ਨਾਈਸ। ਹੁਣੇ ਆਪਣੀ ਪਾਰੋ ਹੈ, ਪਾਰੋ ਕੈਨੇਡਾ ਵਾਲੀ। ਜਲਨ ਨੂੰ ਕੀ ਉਹ ਮਾਚਸ ਦੀ ਡੱਬੀ ਆ? ਉਹ ਰੱਬ ਦਾ ਵਾਸਤਾ ਆਂਟੀ, ਛੱਡੇ ਕੰਮ, ਘਰੇ ਜਾ ਕੇ ਗੋਲੇ ਗੋਲੇ ਬੁਣ। ਉਹ ਪਸ਼ਮ ਵਾਲੀ ਆਂਟੀ ਆਈ ਆ। ਇਹ ਕਿਹੜਾ ਬਾਗ ਆ ਜਿੱਥੇ ਅੰਬ ਲੱਗਦੇ ਆ? ਤੇ ਜੇ ਆਹ ਬੂਟਿਆਂ ਦੇ ਅੰਬ ਨਹੀਂ ਲੱਗਦੇ ਤਾਂ ਫਿਰ ਇਹਨਾਂ ਨਾਲ ਲੱਗਣ ਦੀ ਕੀ ਲੋੜ ਪਈ ਆ? ਇੱਕ ਤਾਂ ਮੈਂ ਚੱਪਲ ਪਹਿਲਾਂ ਲਾ ਹੀ ਲਵਾਂ, ਇਹਨਾਂ ਠਰਕਦੇ ਰੱਜੇ ਮੈਂ ਬੋਲਣਾ ਨਹੀਂ ਇਹਨਾਂ ਨੂੰ ਕੁਛ। ਪਾਕਿਸਤਾਨੀ ਪੁਫੀਆਂ ਸ਼ਾਦੀ ਪਰ ਇਸ ਬਾਤ ਪਰ ਵੀ ਫੱਡਾ ਡਾਲ ਕੇ ਬੈਠ ਜਾਤੀ ਹੈ ਕਿ ਸਾਨੂੰ ਦੂਲੇ ਵਾਲੀ ਗੱਡੀ 'ਚ ਨਹੀਂ ਬਾਇਆ। ਉਹ ਕਿੰਨੇ ਕੁ ਵਾਰੀ ਬਹਿਣਾ ਗੱਡੀ 'ਚ? ਉਹ ਫੁੱਫੀ ਹਲੇ ਤੱਕ ਨਹੀਂ ਰੱਜੀ ਗੱਡੀਆਂ 'ਚ ਬਹਿ ਬਹਿ, ਇਹ ਤਾਂ ਵੱਸ ਨਹੀਂ ਚੱਲਦਾ, ਇਹ ਤਾਂ ਧੱਕੇ ਨਾਲ ਆਪ ਬਹਿ ਜੇ। ਲਾੜਾ ਲਾੜੀ ਨੂੰ ਤੋਰ ਕੇ ਘਰੇ ਭੇਜ ਦੇ, ਭਾਈ ਤੁਰ ਕੇ ਜਾਓ, ਇੱਥੇ ਗੱਡੀ ਜਾਵਾਂਗੇ ਫੁੱਲਾਂ ਵਾਲੀ 'ਚ। ਸ਼ੁਕਰ ਆ ਹਲੇ ਜਿੱਦ ਗੱਡੀ 'ਚ ਬਹਿਣ ਤਾਂ ਹੀ ਹੈ, ਇਹ ਨਾ ਹੋਵੇ ਕਿਤੇ ਕਹੇ ਅਸੀਂ ਤਾਂ ਪਹਿਲੀ ਰਾਤ ਦਾ ਪ੍ਰਸਾਰਣ ਵਿਆਹ ਵਾਲਾ ਲਾਈਵ ਦੇਖਾਂਗੇ। ਯੇ ਸਪੈਸ਼ਲ ਗਾਨਾ ਉਨ ਲੋਗੋਂ ਕੇ ਲੀਏ ਜੋ ਲੜਕੀਓਂ ਕੇ ਪੈਸੇ ਖਾਤੇ ਹੈ।
ला 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 नच। पर यार जे कोई बात आया तां दस, जे उल्टी अल्टी आउंदी है तां दस। उल्टी कही है सिंपल, जरूरी नहीं कि ओही थरकते रजे हो। मैं की करा थोड़ा, मैं दस दो, मैं अक्या पे हले भी, मैं इन्ना सीरियस होकर गल करी ना फिर भी थोड़े दंद निकली जाते यार। यार कहो ये बंदे वीडियो देखते मेरी। ये जो कमल आफताब इतना प्यारा मुस्कुराती है ना, थल्ले देखो स्लिपर पाया पर उन्हें शकीन है, पूरी फैशन है पट्टी फुल शकीन है फुल। एक गल दस मैनू, अपने कनेडा वाले बियरों च लकड़ की सोटी नहीं मिलती है जी, पोचे वाली पैप फड़ी हथ च। यार टिकटॉक ते थोड़ा जा प्रोड्यूसर वालों बजट घट दिता गया सी। लोग यहाँ के काले बिच्छू, पल पल डसने वाले बिच्छू, था मालूम के डस लेंगे फिर भी शौक से काले बिच्छू। ओपन योर माउथ। टिकटॉक टट्टी वीडियोस, टट्टी टैंके ते अदब टैंके नु बिहारी टी टट्टी। ओ लक तेरा पतला पतला। हाय हाय लोकां ने कहना एनु शर्म है नी, ये आंटी नु बोलदा फिरदा। आंटी साडी घट थोड़ो है, एनू जे पतला लक कहंदे आ तां फिर एनू तां निमोनिया ही होया होना। लक तां आंटी दा ही है वैसे, ए तां एवें हैगियां पोकन वालियां फुल्लियां जीआं। ਸ਼ੋਰਾ 19 ਸਾਲਾਂ ਦਾ ਗੋਦੀ ਜੀ ਹੁੰਦਾ, ਸਾਡੇ ਤਾਂ 19 ਸਾਲਾਂ ਦਾ ਇੱਥੇ ਲੀਆ ਗੋਟੀ ਵੇਖਣ ਲੱਗ ਜਾਂਦਾ। ਆ ਦੇਖ ਦੇਖ ਆਏ ਹਾਏ, ਖੁਸ਼ੀ ਦੇਖ ਮੂੰਹ ਤੇ, ਬਸ ਨਾ ਲੈ ਦੋ ਕਿਸੇ ਮਰਜ਼ੀ ਦਾ, ਚੁੱਟਣਾ ਤਾਂ ਹੀ ਖੁਲਕ ਜਾਂਦੀ ਹੈ ਇਹਨਾਂ ਦੇ। ਵੈਸੇ ਛੋਰਾ 19 ਸਾਲਾਂ ਦਾ ਤਾਪ ਹੀ ਹੋਊਗਾ, ਆਂਟੀ ਜੋ 75 ਦੀ ਆ। ਸੋਰੀ ਪਰ ਗੁੱਸਾ ਨਹੀਂ ਕਰਨਾ, ਪਰ ਗੁੱਸਾ ਨਹੀਂ ਕਰਨਾ। ਇਹ ਗੱਲ ਤਾਂ ਨਹੀਂ ਪਾਈ ਜਾਂਦੀ ਮੈਨੂੰ ਕੋਈ। ਆਂਟੀ ਕੋਲ ਜ਼ਿਆਦਾ ਹੀ ਵਿਹਲੀ ਆ ਮੇਰੇ ਹਿਸਾਬ ਨਾਲ, ਇਹਦੀ ਕੋਈ ਪੈਨਸ਼ਨ ਲੱਗ ਗਈ ਹੋਣੀ ਹੁਣ ਨੂੰ, ਤਾਂ ਹੀ ਇਹ ਟਿਕਟੌਕ 'ਤੇ ਆ ਗਈ। ਅਮਿਤਾਭ ਬੱਚਨ ਮੈਡਮ ਜੂਸ ਲੈ ਕੇ ਆਵਾ। ਆ ਕਿਹੜੇ ਹਾਰਨ ਹੋਏ, ਅੱਲ ਆ ਵੀ ਨਾਰਲਾ ਰੱਖੀ ਹੈ, ਇਹ ਤਾਂ ਇਹਦੀ ਕਾਪੀ ਲੱਗਦੀ ਕੋਈ ਮੈਨੂੰ। ਉਹ ਕਹਿੰਦੇ ਨਾ ਘਰ 'ਚ ਇੱਕ ਸਿਆਣਾ ਹੁੰਦਾ, ਉਹ ਇਹਨਾਂ ਨੇ ਹੈ ਨਹੀਂ, ਉਹ ਕੰਮ 'ਤੇ ਗਿਆ ਹੋਇਆ ਉਹਦਾ। ਆਏ ਹਾਏ ਨਾਗਿਨ ਆਂਟੀ, ਟੇਬਲਾਂ ਥੱਲੇ ਵੜਨ ਦੀ ਕੀ ਲੋੜ ਆ, ਸੱਪ ਠਾਠ ਨਾ ਬਹਿ ਜਾਂਦਾ ਆ ਕੇ, ਅਤੇ ਇਹ ਨਾ ਹੋਵੇ ਸੱਪ ਬਣਦੀ ਕਰੰਟ ਵਾਲੇ ਕਿਤੇ ਤਾਰ ਦੇ ਨਾਲ ਲੱਗ ਕੇ। ਹੁਣ ਕਮੈਂਟਾਂ 'ਚ ਕਈ ਆਏ ਨਾ ਕਿ ਉਹ ਬਾਈ ਸੱਪਾਂ ਨੂੰ ਕਰੰਟ ਨਹੀਂ ਲੱਗਦਾ, ਉਹ ਜਿਵੇਂ ਲੋਕ ਕਹਿੰਦੇ ਹੁੰਦੇ ਆ ਕਬੂਤਰ ਦੇ ਪੈਰ ਲੱਕੜ ਦੇ ਹੁੰਦੇ ਆ ਤਾਂ ਹੀ ਕਬੂਤਰ ਤਾਰ 'ਤੇ ਬਹਿ ਜਾਂਦੇ ਆ, ਪਤਾ ਨਹੀਂ ਮੈਨੂੰ ਕਿੰਨੀ ਗੱਲ ਸੱਚ ਆ, ਪਰ ਇਹ ਜਿਹੜੇ ਗਿਆਨ ਵੰਡਦੇ ਨਾ ਮੈਨੂੰ ਹਾਸਾ ਆਉਂਦਾ। ਤੁਸੀਂ ਮੈਨੂੰ ਕਮੈਂਟਾਂ ਦੱਸਿਓ, ਵਾਕਈ ਕਬੂਤਰਾਂ ਦੇ ਪੈਰ ਲੱਕੜ ਦੇ ਹੁੰਦੇ ਆ, ਲੱਕੜ ਦੇ
ਸਾਗਵਾਨ ਦੀ ਲੱਕੜ ਤਾਂ ਨਹੀਂ ਹੁੰਦੀ ਕਿਤੇ, ਤਾਂ ਹੀ ਮੀਆਂ ਮੂਹੇ 'ਚ ਖਰਾਬ ਨਹੀਂ ਹੁੰਦੇ ਪੈਰ ਉਹਨਾਂ ਦੇ। ਚੱਲ ਠੀਕ ਆ, ਮਜ਼ਾਕ ਦੇ ਤੌਰ 'ਤੇ ਆਪਾਂ ਇੱਕ ਗੱਲ ਮੰਨ ਲੈਂਦੇ ਹਾਂ, ਕਬੂਤਰਾਂ ਦੇ ਪੈਰ ਲੱਕੜ ਦੇ ਹੁੰਦੇ ਆ। ਇੱਕ ਕਬੂਤਰ ਦੂਜੇ ਕਬੂਤਰ ਨੂੰ ਆ ਕੇ ਕੀ ਕਹੂਗਾ, ਕੀ ਗੱਲ ਹੋ ਗਈ ਬਾਈ ਅੱਜ ਡਾਰੀ 'ਤੇ ਨਹੀਂ ਗਿਆ, ਉਹ ਅੱਗੋ ਕੀ ਜਵਾਬ ਦਊਗਾ, ਨਾ ਯਾਰ ਲੱਕੜ ਖਰਾਬ ਨਿਕਲੀ, ਘੂਣਾ ਲੱਗਾ ਹੋਇਆ, ਮਿਸਤਰੀ ਆਉਂਦਾ ਮੇਖਾਂ ਟਕਾਲਾਂ ਦੋ ਪੈਰਾਂ 'ਤੇ ਫਿਰ ਜਾਊਂਗਾ। ਤੁਸੀਂ ਵੀ ਕੱਲੇ ਆ, ਮੰਗਣੀ ਤਾਂ ਨਹੀਂ ਹੋ ਗਈ, ਮੰਗਣੀ ਤਾਂ ਨਹੀਂ ਹੋਈ, ਪਰ ਇਹ ਸਪੈਪਾ ਜਾਂ ਕਾਰ ਦੇ ਵਾਈਪਰ ਚੱਲ ਰਹੇ ਆ, ਪਾ 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 ਪਾ, ਓ ਸੋਰੀ ਪਾਪਾ ਤਾਂ ਬੋਲਦੇ ਨਹੀਂ ਹੁੰਦੇ ਹੋ। ਮੈਂ ਵੀ ਨਾ ਦਾ ਕਿੱਡ ਮਿਊਜ਼ਿਕ ਡਾਇਰੈਕਟਰ ਬਣ ਜਾਂਦਾ ਫਿਰ। ਹੈਗਾ ਕੋਈ ਬੋਏਫ੍ਰੈਂਡ ਜਾਂ ਤੁਸੀਂ ਵੀ ਕੱਲੇ ਆ, ਹੈਗੇ ਤਾਂ ਕੱਲੇ ਹੀ ਆ ਜੀ, ਪਰ ਮੈਨੂੰ ਬਟਰਫਲਾਈ ਦੀ ਲੋੜ ਆ, ਬਾਗੜ ਬਿੱਲੇ ਦੀ ਨਹੀਂ। ਓਏ ਤਾਂ ਬੈਂਡ ਵਾਲੇ ਫੇਲ ਕਰੀ ਜਾਂਦੀ ਹੈ, ਇੰਨਾ ਜ਼ੋਰ ਕੁੱਕਰ ਗੈਸ 'ਤੇ ਧਰ ਕੇ ਕੜਛੀ ਮਾਰਨ 'ਤੇ ਲਾਇਆ ਹੁੰਦਾ ਨਾ, ਹੁਣ ਨੂੰ ਚਿੱਟੇ ਛੋਲੇ ਵਧੀਆ ਘੁਲੇ ਹੋਣੇ ਸੀ, ਨਾਲ ਪੂਰੀਆਂ ਖਾਣੀਆਂ ਸੀ ਬਹਿ ਕੇ, ਪਰ ਨਹੀਂ ਇਹਨਾਂ ਨੇ ਤਾਂ ਗਦਾਵਾ ਹੀ ਟਿਕਟੋਕ 'ਤੇ ਮਾਰਨਾ। ਫਿਰ ਕਹਿਣਗੇ ਸਾਡੀ ਪੈਨਸ਼ਨ ਨਹੀਂ ਵਧਾਉਂਦੀ ਸਰਕਾਰ, ਕੀ ਵਧਾਵੇ ਪੈਨਸ਼ਨ ਸਰਕਾਰ ਤੁਹਾਡੀ। ਉਹ ਸ਼ੁਕਰ ਹੈ ਭਰਾਵਾ, ਹਜੇ ਤਾਂ ਹੱਥ 'ਤੇ ਹੀ ਵਾਹੀ ਹੈ ਜਲੇਬੀ, ਆਹ ਸਟੈਪ ਨਹੀਂ ਕੀਤਾ, ਜੇ ਕਿਤੇ ਆਹ ਕਰ ਦਿੰਦੀ ਫਿਰ ਤਾਂ ਭਸਮ ਹੀ ਹੋ ਜਾਣਾ ਜੀ ਸਾਰਾ ਕੁਛ। ਉਹ ਕੀ, ਓਏ ਸੁਣ ਬਾਜ ਮੈਨੂੰ ਭੁੱਖਾ ਮਾਰੂਗੀ, ਰੁਕ ਲੈਂਡਲਾਈਨ ਫੋਨ ਦੇ, ਸੁਣ ਬਾਜ ਮੈਨੂੰ ਫੋਨ ਕਰ ਲੈਂਡਲਾਈਨ। ਅਧਾਰੀ ਨਾ ਕਿਨੋ ਮੈਂ। ਆ ਕੀ ਯਾਰ, ਹਲੇ ਸਰਕਾਰ ਨੂੰ ਕਹਿੰਦੀ ਹੈ ਸਾਡੀ ਪੈਨਸ਼ਨ 1500 ਕਰੋ, ਤੇ ਸਰਕਾਰ ਨੇ 1500 ਕਰ ਲਈ, ਫਿਰ ਇਹਨਾਂ ਨੇ 2500 ਤੇ ਆ ਜਾਣਾ, ਇਹਨਾਂ ਨੇ ਪੈਸੇ ਇਕੱਠੇ ਕਰਕੇ ਆਈਫੋਨ ਲੈ ਲੈਣਾ, ਤੇ ਜੰਨਤ ਜੁਬੈਰ ਵਰਗੀ ਨੂੰ ਭਾਜਣਾ ਪਾ ਦੇਣੀ ਹੈ ਇਹਨਾਂ ਨੇ। ਉਹ ਵਿਚਾਰੀ ਲੋਕ ਦੀ ਬਿਰੂ ਖਲ ਖੁੰਜਿਆ, ਮੈਂ ਕੀ ਕਰਾਂ, ਬੀਬੀਆਂ ਫੇਮਸ ਇੱਥੇ ਤਾਂ। ਇਹ ਕਿਹੜੀ ਨਾਗਿਨ ਹੈ ਜੋ ਸਿਰਫ ਡਾਇਨਿੰਗ ਟੇਬਲ ਥੱਲੇ ਪਾਈ ਜਾਂਦੀ ਹੈ, ਨਾਲੇ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ, ਮੈਂ ਬੜੀਆਂ ਮੂਵੀਜ਼ ਦੇਖੀਆਂ, ਬੜੇ ਨਾਟਕ ਵੇਖੇ ਆ, ਬੜੇ ਗਾਣੇ ਵੀ ਦੇਖੇ ਆ ਜਿਨ੍ਹਾਂ 'ਚ ਨਾਗਿਨ ਵਾਲਾ ਸੀਨ ਹੁੰਦਾ, ਉਹਨਾਂ 'ਚ ਇੱਕ ਹੀ ਟ੍ਰੈਂਡ ਹੁੰਦਾ, ਸੇਮ ਟ੍ਰੈਂਡ, ਸੇਮ ਸਟੈਪ, ਸਭ ਕੁਝ ਸੇਮ ਕਰਦੀ ਪਈ ਜਨਤਾ। ਕੀ ਹੁੰਦਾ, ਜੋ ਨਾਗਿਨ ਬਣਿਆ ਉਹ ਹਮੇਸ਼ਾ ਐਂ ਕਰੂਗਾ, ਐਂ। ਮੈਂ ਜ਼ਿੰਦਗੀ 'ਚ ਕਦੇ ਅਸਲੀ ਸੱਪ ਨਹੀਂ ਵੇਖਿਆ ਐਂ ਕਰਦਾ, ਕਦੇ ਵੀ ਸੱਪ ਐਂ ਹੁੰਦਾ ਅਤੇ ਐਂ ਮਾਰ ਕੇ ਚੱਲ ਜਾਂਦਾ, ਪਤਾ ਵੀ ਨਹੀਂ ਲੱਗਦਾ, ਫਿਰ ਚੱਕ ਕੇ ਡਾਕਟਰ ਕੋਲ ਭੱਜੇ ਫਿਰਦੇ ਹੁੰਦੇ ਤੁਸੀਂ, ਜਾਂ ਸੱਪ ਐਂ ਲੰਘ ਜਾਂਦਾ। ਪਰ ਆਹ ਕਿਹੜਾ ਹੋਇਆ ਸੱਪ, ਆਹ ਕਿਹੜਾ ਨਾਗਿਨ ਡਾਂਸ ਹੋਇਆ, ਜਾਗੋ ਨਿਕਲੀ ਜਾਂਦੀ ਹੈ, ਛੱਜ ਭੰਨਣ ਲੱਗਿਓ, ਬੱਲੇ ਬਈ ਹੁਣ ਜਾਗੋ ਆਈਆ, ਸ਼ਾਵਾ ਬਈ ਹੁਣ। ਅੱਜ ਦੇ ਲਈ ਇੰਨਾ ਯਾਰ, ਵੀਡੀਓ ਦੇ ਲਾਈਕ ਕਮੈਂਟ ਅਤੇ ਸ਼ੇਅਰ ਕਰਿਓ, ਅਤੇ ਜਾਂਦੇ ਜਾਂਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ, ਅਤੇ ਬੈੱਲ ਆਈਕਨ ਨੂੰ ਵੀ ਔਨ ਕਰ ਦਿਓ, ਗਾਪਣਾ ਮਾਰ ਦਿਓ ਕਮੈਂਟਾਂ 'ਚ ਕਿਤੇ, ਬਾਈ ਸਾਡੇ ਤਾਂ ਬੈੱਲ ਆਈਕਨ ਹੀ ਹੈ ਨਹੀਂ ਗਾ। ਹਾਂ, ਅਤੇ ਸ਼ੇਅਰ ਜ਼ਿਆਦਾ ਨਾ ਕਰਿਆ ਕਰੋ ਵੀਡੀਓ ਨੂੰ, ਇਹ ਨਾ ਹੋਵੇ ਇਕੱਲੇ ਦੇਖ ਕੇ ਤੁਰ ਜਿਆ ਕਰੋ। ਨਾਲੇ ਮੈਂ ਇਹ ਗੱਲ ਕਹਿਦਿਆ ਕਰੂੰ ਜਾਂਦਾ ਜਾਂਦਾ ਕਿ ਜੇ ਤੁਸੀਂ ਵੀਡੀਓ 5 ਬੰਦਿਆਂ ਨੂੰ ਸੈਂਡ ਕਰੋਗੇ ਤਾਂ ਤੁਹਾਡੀ ਲਾਈਫ 'ਚ ਸੁੱਖ ਆਊਗਾ ਜਾਂ ਗੁੱਡ ਨਿਊਜ਼ ਆਊਗੀ, ਪਰ ਤੁਸੀਂ ਆਖੋ ਬਾਈ ਇਸ ਤਾਂ 10 ਨੂੰ ਭੇਜੀ ਤਾਂ ਵੀ ਨਹੀਂ ਆਈ, ਤੁਹਾਡੀ ਲਾਈਫ ਹੀ ਖਰਾਬ ਹੈ। ਦੂਜਾ ਚੈਨਲ ਵੀ ਹੈਗਾ ਵਲੋਗ, ਉਹ ਵੀ ਦੇਖ ਲਓ, ਨੀਲੇ ਰੰਗ ਦੀਆਂ ਚੱਪਲਾਂ, ਆਸਮਾਨੀ ਚੱਪਲ। ਬਾਈ ਬਾਈ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਯਾਰ ਹੁਣ ਕਿੰਨੀ ਕੁ ਵੀਡੀਓ ਖਿੱਚ ਖਿੱਚ ਲੰਬੀ ਕਰੀ ਜਾਵਾਂ ਮੈਂ, ਚੰਗਾ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ, ਬੈੱਲ ਆਈਕਨ ਵੀ ਔਨ ਕਰ ਦਿਓ, ਬਾਈ। ਬਹੁਤ ਕਿਵੇਂ ਆ ਭੈਣ, ਭੈਣ ਜੋ, ਭੈਣ ਭੈਣ ਜੋ।